ਜਿੱਦਾਂ ਸ਼ਿਫਟਿੰਗ ਹੋ ਰਹੀ ਹੈ, ਅਸੀਂ ਲੋਕਾਂ ਨੂੰ ਕੋਈ ਘਬਰਾਹਟ ਨਹੀਂ ਪਾ ਰਹੇ। ਜਦੋਂ ਇਹਨਾਂ ਨੇ ਰਿਲੀਫ ਕੈਂਪ 'ਤੇ ਪਹੁੰਚ ਜਾਣਾ, ਉਦੋਂ ਅਸੀਂ ਇਹਨਾਂ ਨੂੰ ਪਾਣੀ ਉਬਾਲ ਕੇ ਪੀਣਾ, ਚੀਜ਼ ਦਾ ਧਿਆਨ ਰੱਖਣਾ, ਉੱਥੇ ਡਾਕਟਰ ਦੀਆਂ ਟੀਮਾਂ ਵੀ ਬੈਠੀਆਂ। ਅਤੇ ਬੇਸਿਕਲੀ ਜਿਹੜੀਆਂ ਬਿਮਾਰੀ ਜਿਹੜੀ ਹੁੰਦੀ ਹੈ ਸਕਿਨ ਟ੍ਰਬਲਸ, ਉਹ ਚੀਜ਼ਾਂ ਉਹਨਾਂ ਦੇ ਲਈ ਜਿਹੜੀਆਂ ਸਾਡੀਆਂ ਟੀਮ ਦੇ ਲੋਕਾਂ ਨੂੰ ਹੈਲਥ ਐਜੂਕੇਸ਼ਨ